ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮਜੀਠੇ ਤੋਂ ਕੱਥੋ ਨੰਗਲ ਨੂੰ ਜਾਣ ਵਾਲੀ ਸੜਕ ਜੋ ਕਿ ਅਜਾਇਬ ਵਾਲੀ ਡਰੇਨ ਤੋਂ ਉੱਪਰ ਹੋ ਕੇ ਗੁਜ਼ਰਦੀ ਹੈ। ਅਜਾਇਬ ਵਾਲੀ ਡਰੇਨ ਦਾ ਪੁਲ ਬੜੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਹੈ। ਪਿਛਲੇ 3 ਸਾਲ ਤੋਂ ਇਹ ਪੁਲ ਟੁੱਟਾ ਹੋਣ ਕਰਕੇ ਲੋਕਾਂ ਲਈ ਖਤਰੇ ਦਾ ਕਾਰਨ ਬਣਿਆ ਹੋਇਆ ਸੀ। ਲਗਭਗ ਪਿਛਲੇ 1 ਸਾਲ ਤੋਂ ਪ੍ਰਸ਼ਾਸਨ ਜਾਗਿਆ ਹੈ ਅਤੇ ਪੁਲ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਗਈ ਸੀ। ਕੰਮ ਇੰਨੀ ਢਿੱਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਕਿ ਹੁਣ ਬਰਸਾਤ ਦੇ ਮੌਸਮ ਹੋਣ ਕਰਕੇ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਅਜੇ ਪਹਿਲੀ ਹੀ ਬਰਸਾਤ ਹੋਈ ਹੈ ਕਿ ਡਰੇਨ ਦਾ ਪੁਲ ਬੰਦ ਹੋਣ ਕਰਕੇ ਲਗਭਗ 100 ਏਕੜ ਜ਼ਮੀਨ ਪਾਣੀ ਦੇ ਮਾਰ ਹੇਠ ਆ ਗਈ ਹੈ। ਅੱਜ ਪਿੰਡ ਅਜਾਇਬ ਵਾਲੀ ਵਾਲਿਆਂ ਨੇ ਪੁਲ ਦੇ ਉੱਤੇ ਧਰਨਾ ਦਿੱਤਾ, ਜਿਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ, ਜਿਨ੍ਹਾਂ ਵਿੱਚ ਸਰਦਾਰ ਭਗਵੰਤ ਪਾਲ ਸਿੰਘ ਸੱਚਰ ਕਾਂਗਰਸ ਦੀ ਤਰਫੋਂ, ਸਰਦਾਰ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਆਮ ਆਦਮੀ ਹਲਕਾ ਇੰਚਾਰਜ ਅਤੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਤਰਫੋਂ ਉਹਨਾਂ ਦੇ PA ਸਰਦਾਰ ਲਖਬੀਰ ਸਿੰਘ ਗਿੱਲ ਉੱਚੇ ਤੌਰ 'ਤੇ ਪਹੁੰਚੇ। ਇੱਥੇ ਪਿੰਡ ਵਾਲਿਆਂ ਵੱਲੋਂ ਢਿੱਲੀ ਰਫ਼ਤਾਰ ਨਾਲ ਚੱਲ ਰਹੇ ਪੁਲ ਦਾ ਕੰਮ ਬਾਰੇ ਖੁਲਾਸਾ ਕੀਤਾ ਕਿ ਲਗਭਗ 1 ਕਰੋੜ ਰੁਪਏ ਦੀ ਲਾਗਤ ਤੋਂ ਵੱਧ ਬਣਨ ਵਾਲਾ ਪੁਲ ਅਜੇ ਤੱਕ ਠੇਕੇਦਾਰ ਵੱਲੋਂ ਨਹੀਂ ਬਣਾਇਆ ਜਾ ਰਿਹਾ। ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਪੁਲ ਦਾ ਕੰਮ ਕਿਸੇ ਹੋਰ ਕੰਪਨੀ ਨੂੰ ਸੌਂਪਿਆ ਜਾਵੇ ਅਤੇ ਮੌਜੂਦਾ ਠੇਕੇਦਾਰ ਨੂੰ ਬਲੈਕ ਲਿਸਟ ਵਿੱਚ ਪਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਠੇਕੇਦਾਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰੇ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ। ਹਲਕਾ ਮਜੀਠਾ ਤੋਂ ਪ੍ਰਿੰਸ ਕਲੇਰ ਦੀ ਖਾਸ ਰਿਪੋਰਟ। ਹਾਂਜੀ ਮਜੀਠੀਆ ਸਾਹਿਬ, ਤੁਸੀਂ ਅੱਜ ਇੱਥੇ ਮੌਕੇ 'ਤੇ ਪਹੁੰਚੇ ਹੋ, ਉਹ ਕੀ ਲੱਗਦਾ ਆ ਕਿ ਕਿਸ ਦੀ ਗਲਤੀ ਹੈ ਅਤੇ ਕੰਮ ਅਧੂਰਾ ਕਿਉਂ ਪਿਆ ਹੈ? ਇਹ ਜੀ ਜਿਹੜਾ ਠੇਕੇਦਾਰ ਆ ਉਹਦੀ ਗਲਤੀ ਆ। ਮੈਂ ਪਹਿਲਾਂ ਵੀ ਤਕਰੀਬਨ 6 ਮਹੀਨੇ ਪਹਿਲਾਂ ਵੀ ਇਹ ਠੇਕੇਦਾਰ ਨੂੰ ਕਿਹਾ ਸੀ, SDM ਮੈਡਮ ਨੇ ਵੀ ਇਹਨੂੰ ਕਿਹਾ ਸੀ, ਪਰ ਇਹ ਪਤਾ ਨਹੀਂ ਕਿਸ ਕਾਰਨ, ਕਿਸ ਅਣਗਹਿਲੀ ਜਾਂ ਕਿਸ ਦਬਾਅ ਹੇਠ ਇਹਨੇ ਜਿਹੜਾ ਇਹ ਨੁਕਸਾਨ ਹੈ ਜਿਹੜਾ ਅਜਾਇਬ ਵਾਲੀ ਪਿੰਡ ਦਾ ਕੀਤਾ, ਕਿਉਂਕਿ ਅੱਜ ਤੱਕ ਬੜੇ ਮੀਂਹ ਪੈਂਦੇ ਹੁੰਦੇ, ਅਜਾਇਬ ਵਾਲੀ 'ਚ ਕਦੀ ਪਾਣੀ ਨਹੀਂ ਸੀ ਖਲੋਤਾ। ਇਹ ਜਿਹੜਾ ਠੇਕੇਦਾਰ ਉਹਦੀ ਵਜ੍ਹਾ ਨਾਲ ਹੋਇਆ ਵਾ। ਅਤੇ ਚਲੋ SDO ਸਾਹਿਬ ਨਵੇਂ ਆਏ ਆ, ਇਹਨਾਂ ਨੇ ਜਾਇਆ ਨੂੰ ਥੋੜ੍ਹੇ ਦਿਨ ਹੋਏ, ਪਰ ਵਧੀਆ ਆਣ ਕੇ ਇਹਨਾਂ ਨੇ ਮੌਕੇ 'ਤੇ ਸਾਂਭਿਆ ਕੰਮ ਨੂੰ, ਅਤੇ ਅਸੀਂ ਹੋਰ ਵੀ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਮਸਲਾ ਜਿਹੜਾ ਪਹਿਲ ਦੇ ਆਧਾਰ 'ਤੇ ਹੱਲ ਕਰਨਾ। ਸੋ ਜੇ ਰਸਤੇ ਦੀ ਗੱਲ ਕਰੀਏ ਤਾਂ ਪਿੰਡ ਅਜਾਇਬ ਵਾਲੀ ਦੇ ਜਿਹੜੇ ਬੱਚੇ ਆ, ਛੋਟੇ ਛੋਟੇ ਬੱਚੇ ਸਕੂਲਾਂ ਦੇ ਸਕੂਲ ਜਾਂਦੇ ਨੇ ਵੈਨਾਂ ਦੇ ਵਿੱਚ, ਔਰ ਰਸਤਾ ਜਿਹੜਾ ਹੈਗਾ ਬੜਾ ਫਿਸਲਣ ਵਾਲਾ ਆ, ਔਰ ਲੋਕ ਆਪਣੀ ਸਬਜ਼ੀਆਂ ਵੀ ਖੜਦੇ ਨੇ, ਅਨਾਜ ਵੀ ਖੜਦੇ ਨੇ। ਸੋ ਰਸਤੇ ਬਾਰੇ, ਇਹਨਾਂ ਦੇ ਬਾਰੇ ਕੋਈ ਜੋ ਸੜਕ ਦੀ ਇਹਨਾਂ ਦੇ ਰਸਤੇ 'ਚ ਨਹੀਂ ਕਰਨਾ? ਗਟਕਾ ਜਿਹੜਾ 2 ਟਰੱਕ ਜਿਹੜੇ ਉਹ ਆ ਰਹੇ ਚੱਲ ਪਏ ਉੱਥੋਂ ਅਤੇ ਉਹ ਇੱਥੇ ਪੈਣਗੇ, ਉਹਦੇ ਨਾਲ ਰਸਤੇ ਦਾ ਜਿਹੜਾ ਮਸਲਾ ਹੱਲ ਹੋ ਜਾਊਗਾ। ਜੇ 2 ਤੋਂ ਵੱਧ ਵੀ ਪਾਉਣੇ ਪਏ ਤਾਂ ਉਹ ਇੱਥੇ ਪਊਗਾ, ਰਸਤੇ ਦਾ ਮਸਲਾ ਜਿਹੜਾ ਪਹਿਲ ਦੇ ਦਰ 'ਤੇ ਚੱਲ ਪਏ। ਸੋ ਤੁਸੀਂ ਇੱਥੇ ਹੁਣ ਕੀ ਇਹਨਾਂ ਨੂੰ ਹਦਾਇਤ ਦਿਓਗੇ ਕਿ ਇਹਨਾਂ 'ਤੇ ਕਾਰਵਾਈ ਕਰੋਗੇ? ਮੈਂ ਤਾਂ SDO ਸਾਹਿਬ ਨੂੰ ਕਿਹਾ ਜੀ, ਜਿਹੜਾ ਇਹ ਠੇਕੇਦਾਰ ਆ ਇਹਦਾ ਜਿਹੜਾ ਟੈਂਡਰ ਆ ਉਹ ਰਿਜੈਕਟ ਕਰਕੇ ਅਤੇ ਨਵੇਂ ਸਿਰੋਂ ਟੈਂਡਰ ਕਿਸੇ ਚੰਗੇ ਠੇਕੇਦਾਰ ਨੂੰ ਦਿੱਤਾ ਜਾਵੇ, ਜਿਹੜਾ ਛੇਤੀ ਛੇਤੀ ਜਿਹੜਾ ਇਹ ਰਸਤਾ ਵਾ, ਇਹ ਬਹੁਤ ਮੇਨ ਰਸਤਾ, ਕਿਉਂਕਿ ਮਜੀਠੇ ਤੋਂ ਕੱਥੂ ਨੰਗਲ ਨੂੰ ਸਿਰ ਜਿਹੜਾ ਮੇਨ ਰਸਤਾ ਇਹ ਆ, ਇਹਨੂੰ ਜ਼ਿਆਦਾ ਯੂਜ਼ ਕਰਦੇ ਆ ਤਾਂ ਲੋਕਾਂ ਨੂੰ ਸਹੂਲਤ ਮਿਲਣੀ ਆ, ਜੇ ਛੇਤੀ ਛੇਤੀ ਜਿਹੜਾ ਪੁਲ ਤਿਆਰ ਹੋ। ਲੋਕਾਂ ਦਾ ਕਹਿਣਾ ਮੰਨਣਾ ਇਹੀ ਹੈ ਕਿ ਬਟਾਲੇ ਤੋਂ ਲੈ ਕੇ ਜਾਂ ਬਾਬਾ ਕਾਲੇ ਤੋਂ ਲੈ ਕੇ ਜਲੰਧਰ ਤੋਂ ਹੀ ਇਹ ਡੇਰਾ ਬਾਬਾ ਨਾਨਕ ਤੱਕ ਸੜਕ ਜਾਂਦੀ ਹੈ, ਸੋ ਇਹਦੇ ਵਾਸਤੇ ਲੋਕਾਂ ਨੂੰ ਰਾਹਗੀਰਾਂ ਨੂੰ ਬੜੀ ਆਵਾਜਾਈ ਹੋ ਰਹੀ ਹੈ। ਬਿਲਕੁਲ, ਮੈਂ ਤੁਹਾਨੂੰ ਪਹਿਲਾਂ ਕਿਹਾ ਜੀ, ਇਹ ਬੜੀ ਮੇਨ ਰੋਡ ਆ ਸਾਡੇ ਮਜੀਠੇ ਤੋਂ, ਜਿਹੜੀ GT ਰੋਡ ਬਟਾਲਾ ਰੋਡ ਨੂੰ ਮਿਲਦੀ ਹੈ ਜਲੰਧਰ ਨੂੰ, ਇਹ ਸਿੱਧੀ ਅਟੈਚ ਕਰਦੀ ਹੈ ਬਾਬਾ ਬਕਾਲਾ ਜਾ ਕੇ। ਸੋ ਇਹ ਬੜੀ ਮੇਨ ਰੋਡ ਆ, ਇੱਧਰੋਂ ਅਸੀਂ ਨਾਲੇ ਨੂੰ ਇਹ ਚੱਲ ਜਾਂਦੀ ਆ, ਜਿਹੜਾ ਵਿਚਲਾ ਰੂਟ ਆ ਅਸੀਂ ਨਾਲੇ ਤੋਂ ਲੈ ਕੇ ਡੇਰੇ ਬਾਬੇ ਨਾਨਕ ਤੋਂ ਲੈ ਕੇ ਜਿਹੜਾ
ਬਾਬੇ ਬਕਾਲੇ ਜੀ ਦੀ ਰੋਡ ਨੂੰ ਇਹ ਰੂਟ ਸਭ ਤੋਂ ਮੇਨ ਰੂਟ ਹੈ। ਇੱਕ ਬਾਰਿਸ਼ ਦੇ ਨਾਲ ਹੀ ਸਾਰੀ ਪੋਲ ਖੁੱਲ੍ਹ ਗਈ ਹੈ ਕਿ ਪਿੰਡ ਅਜਾਇਬ ਵਾਲੀ ਜਿਹੜਾ ਕੱਥੂ ਨੰਗਲ ਦੇ ਕੋਲ ਹੈ, ਤਹਿਸੀਲ ਮਜੀਠਾ ਪੈਂਦੀ ਹੈ, ਇਹ ਪੁਲ ਬੜੀ ਦੇਰ ਤੋਂ ਨਿਰਮਾਣਧੀਨ ਹੈ। ਪਹਿਲੀ ਗੱਲ ਤਾਂ ਕੰਮ ਵਿੱਚ ਦੇਰੀ ਜਿਹੜੀ ਹੈ ਉਹ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀ ਹੈ। ਠੇਕੇਦਾਰ ਦੀ ਨੈਗਲੀਜੈਂਸੀ ਕਰਕੇ, ਜਦ ਪਤਾ ਸੀ ਕਿ ਬਰਸਾਤ ਦਾ ਮੌਸਮ ਆ ਰਿਹਾ ਹੈ, ਬਾਰਿਸ਼ਾਂ ਹੋਣੀਆਂ ਨੇ, ਇਹਨਾਂ ਨੇ ਉਹਦੇ ਵੱਲ ਨਾ ਮਹਿਕਮੇ ਨੇ ਨਾ ਠੇਕੇਦਾਰ ਨੇ ਕੋਈ ਉਚੇਚਾ ਧਿਆਨ ਦਿੱਤਾ। ਅਤੇ ਅੱਜ ਤੁਸੀਂ ਵੇਖੋ ਕਿ ਇਸ ਪਿੰਡ ਦੀ ਲਗਭਗ 250-300 ਏਕੜ ਜ਼ਮੀਨ ਜਿਹੜੀ ਹੈ ਝੋਨਾ ਅਤੇ ਫਸਲਾਂ, ਉਹ ਪਾਣੀ ਨੇ ਤਬਾਹ ਕਰ ਦਿੱਤੀਆਂ ਨੇ। ਤੁਸੀਂ ਕੈਮਰਾਮੈਨ ਮਾਰ ਕੇ ਇੱਧਰ ਦਿਖਾਇਓ ਇੱਧਰ ਕਿ ਆਹ ਜੈਸੀ ਮਸ਼ੀਨ ਲੱਗੀ ਹੈ, ਬਿਲਕੁਲ ਰਸਤੇ ਦੇ ਵਿਚਕਾਰ ਇਹਨੇ ਕੋਠਾ ਪਾਇਆ, ਅਤੇ ਪਾਣੀ ਦਾ ਨਿਕਾਸ ਕਿੱਥੋਂ ਹੋਣਾ ਸੀ। ਅੱਜ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਅਤੇ ਠੇਕੇਦਾਰ ਨੂੰ ਵੀ ਬੇਨਤੀ ਕੀਤੀ, ਮਹਿਕਮੇ ਨੂੰ ਕੀਤੀ, ਪਰ ਇਹਨਾਂ ਦੇ ਕੰਨ 'ਤੇ ਕੋਈ ਜੂ ਨਹੀਂ ਸਰਕੀ। ਅਖੀਰ ਫਿਰ ਇਹਨਾਂ ਨੂੰ ਸਖ਼ਤ ਕਦਮ ਲੈਣਾ ਪਿਆ ਕਿ ਇਹਨਾਂ ਨੂੰ ਸਰਕਾਰ ਦੇ ਵਿਰੁੱਧ ਵੀ ਜਿਹੜਾ ਸੀ ਉਹ ਮੋਰਚਾ ਖੋਲ੍ਹਣਾ ਪਿਆ। ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਸੀਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ 250-300 ਏਕੜ ਜ਼ਮੀਂਦਾਰਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਇਹਨਾਂ ਨੂੰ ਬਣਦਾ ਦਿੱਤਾ ਜਾਵੇ, ਅਤੇ ਜਿਹੜਾ ਪੁਲ ਦਾ ਨਿਰਮਾਣ ਹੈ ਉਹ ਚੰਗੀ ਪੱਧਰ 'ਤੇ ਕਰਵਾਇਆ ਜਾਵੇ, ਕਿਉਂਕਿ ਇਹਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਰਿਹਾ। ਅੱਛਾ ਜੀ, ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਇੱਧਰੋਂ ਜਾਂਦੇ ਆ, ਫਸਲਾਂ ਨਿਕਲ ਲੈ ਕੇ ਜਾਣਾ ਹੁੰਦਾ ਹੈ, ਰਾਹਗੀਰ ਲੰਘਦੇ ਆ, ਹਰ ਕੋਈ ਤਿਲਕ ਤਿਲਕ ਕੇ ਡਿੱਗਦਾ ਆ, ਔਰ ਕੋਈ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਵੀ ਹੈਗਾ ਆ, ਉਹਦੇ ਬਾਰੇ ਕੀ ਕਹੋਗੇ? ਇਹ ਜਦੋਂ ਪੁਲ ਬੰਨਾ ਸੀ ਪਿੰਡ ਵਾਲਿਆਂ ਨੇ, ਇਲਾਕੇ ਵਾਲਿਆਂ ਨੇ, ਉਦੋਂ ਵੀ ਸਰਕਾਰ ਨੂੰ ਅਤੇ ਮਹਿਕਮੇ ਨੂੰ ਬੇਨਤੀ ਕੀਤੀ ਸੀ ਕਿ ਪਹਿਲਾਂ ਇਹਦੇ ਬਦਲਵੇਂ ਪ੍ਰਬੰਧ ਕਰ ਲਏ ਜਾਣ, ਜੇ ਤੁਸੀਂ ਪੁਲ ਬਣਾਉਣਾ ਜੀ ਸਦ ਕੇ ਬਣਾਓ, ਪਰ ਇੱਥੋਂ ਬੱਚਿਆਂ ਨੇ ਅਸੀਂ ਫਸਲਾਂ ਲੈ ਕੇ ਜਾਣੀਆਂ ਨੇ, ਕਿਉਂਕਿ ਮੇਨ ਸੜਕ ਹੈ ਇਹ ਕੱਥੂ ਨੰਗਲ ਤੋਂ ਮਜੀਠੇ ਨੂੰ ਜਾਂਦੀ ਹੈ, ਸਾਰਿਆਂ ਨੂੰ ਕੰਮ ਕਰਨ ਵਾਸਤੇ ਉੱਥੇ DSP ਦਫ਼ਤਰ ਹੈ, BDO ਦਫ਼ਤਰ ਹੈ, ਤਹਿਸੀਲ ਹੈ, ਸਾਰੇ ਕੰਮ ਕਰਾਉਣੇ ਪੈਂਦੇ ਨੇ, ਪਰ ਸਰਕਾਰ ਨੇ ਇੱਕ ਵੀ ਨਹੀਂ ਮੰਨੀ, ਉੱਥੋਂ ਕੋਰੇ ਪਾ ਕੇ ਅਤੇ ਕੰਮ ਚਲਾ ਦਿੱਤਾ ਸੀ। ਲੇਕਿਨ ਅੱਜ ਤੁਸੀਂ ਕੈਮਰਾ ਮਾਰ ਕੇ ਵੇਖ ਲਓ ਕਿ ਟ੍ਰੈਫਿਕ ਜਾਮ ਹੋਈ ਪਈ ਹੈ, ਇਹਦਾ ਸਾਰਾ ਜਿਹੜਾ ਲਿੰਕ ਹੈ ਉਹ ਟੁੱਟ ਗਿਆ। ਅੰਤ ਵਿੱਚ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ? ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਇਹ ਪੁਲ ਦਾ ਸੁਚੱਜੇ ਢੰਗ ਨਾਲ ਨਿਰਮਾਣ ਕਰਵਾਇਆ ਜਾਵੇ, ਅਤੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਬਰਸਾਤਾਂ ਹੋਣੀਆਂ ਨੇ ਉਹਦਾ ਵੀ ਕੋਈ ਹੱਲ ਕੱਢਿਆ ਜਾਵੇ, ਤਾਂ ਕਿ ਲੋਕਾਂ ਦੀ ਜਿਹੜੀ ਬਾਕੀ ਫਸਲ ਹੈ ਉਹ ਵੀ ਬਚ ਜਾਵੇ, ਅਤੇ ਜਿਹੜਾ 250-300 ਏਕੜ ਨੁਕਸਾਨ ਹੋਇਆ ਉਹਦਾ ਸਰਕਾਰਾਂ ਨੂੰ ਮੁਆਵਜ਼ਾ ਦੇਵੇ। ਹਾਂਜੀ ਵੀ ਜੀ, ਕੀ ਨਾਮ ਜੀ ਆਪਣਾ? ਮੇਰਾ ਨਾਮ ਰੋਸ਼ਨ ਹੈ ਜੀ। ਕਿੱਥੋਂ ਆਏ ਜੀ? ਮੇਰਾ ਪਿੰਡ ਸੁਪਾਰੀ ਪਿੰਡ ਆ। ਅਤੇ ਕਿੱਧਰ ਨੂੰ ਚੱਲੇ ਹੁਣ? ਇਹ ਸਾਡੀ ਸਿਸਟਰ ਦਾ ਪੇਪਰ ਆ ਜੀ, ਪੰਜਾਬ ਪੁਲਿਸ ਦਾ, ਜਲੰਧਰ ਚੱਲੇ ਹਾਂ, ਅਤੇ ਆਹ ਵੇਖ ਲਓ ਹਾਲਾਤ ਕੀ ਆ, ਕਿੰਨਾ ਸਾਨੂੰ ਘੱਟ ਤੋਂ ਘੱਟ 20 ਮਿੰਟ ਹੋ ਗਏ, ਲੇਟ ਹੋ ਗਏ ਹਾਂ, 12 ਵਜੇ ਅਸੀਂ ਪਹੁੰਚਣਾ, ਉਹਦੇ ਟਾਈਮ ਕਿੰਨਾ ਹੋ ਗਿਆ, ਅਤੇ ਸਰਕਾਰਾਂ ਨੂੰ ਚਾਹੀਦਾ ਵਾ ਇਹ ਕੰਮ ਪਹਿਲ ਦੇ ਆਧਾਰ 'ਤੇ ਕਰਨ, ਇੱਦਾਂ ਫਿਰ ਨੁਕਸਾਨ ਹੁੰਦਾ ਆਪਣਾ। ਇਹ ਤਕਰੀਬਨ 1.5 ਤੋਂ 2 ਸਾਲ ਹੋ ਹੀ ਚੱਲੇ ਆ ਜੀ। ਹਾਂਜੀ, ਮੰਗ ਆ ਵੀ ਇਹ ਕੰਮ ਜਲਦੀ ਤੋਂ ਜਲਦੀ ਹੋਣੇ ਚਾਹੀਦੇ, ਹੋਰ ਵੀ ਜਿੱਥੇ ਵੀ ਆਵਾਜਾਈ ਠੱਪ ਆ, ਬੜੇ ਇਹ ਨਹੀਂ ਆ, ਹੋਰ ਵੀ ਬੜੇ ਜਗ੍ਹਾ 'ਤੇ ਆ ਕੰਮ ਹੋਣ ਵਾਲੇ, ਜਲਦੀ ਹੋਣੇ ਚਾਹੀਦੇ ਆ। ਹੁਣ ਸੋਰੀ ਸਰ, ਜਲਦੀ ਹੀ ਮਾੜਾ ਜਿਹਾ ਨੂੰ ਜਾਣ ਦਿਓ। ਠੀਕ ਹੈ ਜੀ। ਕੀ ਨਾਮ ਜੀ ਆਪਣਾ ਅਤੇ ਕਿੱਥੋਂ ਆਏ ਜੀ? ਮੇਰਾ ਨਾਮ ਗੁਰਿੰਦਰ ਸਿੰਘ ਆ, ਮੈਂ ਚੱਲਿਆ ਮਜੀਠੇ ਤੱਕ। ਹਾਂਜੀ, ਕੰਮ ਸੀਗਾ ਪੁਲੀ ਪੱਟੀ ਨੂੰ, ਮੇਰਾ 2-3 ਸਾਲ ਹੀ ਹੋ ਗਏ। ਹਾਂਜੀ, ਬਣਾਉਂਦਾ ਕੋਈ ਹੈ ਨਹੀਂ, ਪਤਾ ਨਹੀਂ ਕੀ ਸੀ ਨਾ ਪੜਦੇ ਕਾਤੇ। ਸਰਕਾਰ ਕੋ ਕੀ ਮੰਗ ਕਰਨੀ? ਸਰਕਾਰ ਤੋਂ ਅੱਗੇ ਮੰਗਾਂ ਥੋੜੀਆਂ ਕੀਤੀਆਂ, ਕੋਈ ਬਣਾਉਣੀ ਚਾਹੀਦੀ ਹੈ, ਇੱਥੇ ਕਿੱਦਾਂ ਨੁਕਸਾਨ ਹੋਊ, ਕੋਈ ਫਾਇਦਾ ਹੈ? ਇਹ ਚਾਹੀਦੀ ਇਹਨਾਂ ਨੂੰ ਬਣਾਉਣੀ, ਹੁਣ ਟਾਈਮ ਜਿਹਾ ਕੱਢੀ ਜਾਂਦੇ, ਪਤਾ ਨਹੀਂ ਕਾਹਤੇ ਕੱਢੀ ਜਾਂਦੇ। ਮੈਂ ਸਰਬੀਰ ਸਿੰਘ, ਸਰਪੰਚ ਅਜਾਇਬ ਵਾਲੀ, ਹਲਕਾ ਮਜੀਠਾ। ਇਹ ਟੁੱਟਾ ਤਾਂ ਕਾਫੀ ਟਾਈਮ ਤੋਂ, ਪਰ 9 ਮਹੀਨੇ ਹੋ ਗਏ, ਪੰਜਾਬ ਸਰਕਾਰ ਨੇ 2 ਕਰੋੜ ਰੁਪਇਆ ਘੱਲਿਆ ਇਹਨਾਂ ਨੂੰ, ਠੇਕੇਦਾਰ ਨੂੰ, ਪਰ ਠੇਕੇਦਾਰ ਜੀ ਨੇ ਲਈ ਕੀ ਕਰਕੇ ਸਾਰਾ ਕੰਮ, ਅੱਜ ਸਾਡਾ ਨੁਕਸਾਨ ਹੈ ਪਿੰਡ ਦਾ।
ਅੱਜ 9-10 ਮਹੀਨੇ ਹੋ ਗਏ ਆ ਤੇ ਸਾਡੇ ਅੱਜ ਘੱਟੋ ਘੱਟ 300-400 ਗੁਲਾ ਤਾਂ ਡੁੱਬ ਗਿਆ ਨੇ ਝੋਨਾ ਪਿੰਡ ਦਾ। ਇਹ ਸਾਰੀ ਨਲਾਇਕੀ ਜਿਹੜੀ ਹੈਗੀ ਜਾਂ ਡਰੇਨ ਭਾਗਦੀ ਆ ਅਤੇ ਠੇਕੇਦਾਰ ਦਾ ਸਾਰਾ ਕਸੂਰ ਹੈ। ਸਰਕਾਰ ਨੇ ਇਹਨਾਂ ਨੂੰ ਪੈਸਾ ਵੀ ਦਿੱਤਾ 2 ਕਰੋੜ, ਤਾਂ ਤੱਕ ਜੇ ਕੋਈ ਨਾ ਨਿਸ਼ਾਨ ਨਹੀਂ ਹੋਵੇ ਸਾਡਾ ਪੁਲ ਬਣ ਚਾਲੂ ਹੋ ਜਾਊਗਾ। ਐਰਨਾ ਸਾਨੂੰ ਪਹਿਲਾਂ ਬੋਲੀ ਚੰਗਾ ਸੀ, ਪਾਣੀ ਤਾਂ ਲੰਘਦਾ ਸੀ ਨਾ। ਇਹ ਜੇ ਇਹਨਾਂ ਦੇ ਜਿਹੜਾ ਠੇਕੇਦਾਰ ਹੈ ਇਹਨਾਂ ਦੇ ਉੱਤੇ ਬੱਜਰ ਨਹੀਂ ਪਾਇਆ, ਸਿਰਫ ਅਸੀਂ ਮਿੱਟੀ ਪਵਾਈ ਪੰਚਾਇਤ ਵੱਲੋਂ ਕੱਚੇ ਰਾਤ ਐਸ ਡੀ ਐਮ ਨੇ ਸਾਨੂੰ ਬੋਰੇ ਲਿਆਦੇ ਆ, ਪੰਚਾਇਤ ਵੱਲੋਂ ਅਸੀਂ ਮਿੱਟੀ ਪਵਾਈ ਹੈ 600 ਆਰਡਰ ਲਈ ਅਤੇ ਠੇਕੇਦਾਰ ਨੇ ਕੱਚਾ ਰਾਹ ਵੀ ਨਹੀਂ ਬਣਾਇਆ। ਸਾਡੇ ਸਾਹਮਣੇ ਵੇਖ ਲਓ, ਸਭ ਕੁਛ ਇੱਥੇ ਹੀ ਆ, ਰਾਹ ਸਾਡਾ 24 ਘੰਟੇ ਰਾਹ, ਵੱਡੀ ਸੜਕ ਹੈ ਸਾਡੀ ਬਾਰਡਰ ਤੱਕ ਜਾਂਦੀ ਹੈ, ਪਰ ਸੜਕ ਦਾ ਕੋਈ ਨਾਂ ਨਿਸ਼ਾਨ ਨਹੀਂ ਰਹਿਣ ਦਿੱਤਾ ਇੱਥੇ ਇਹਨਾਂ ਨੇ। ਮੰਗਿਆ ਸਾਡਾ ਜਿਹੜਾ ਬੋਲੇ ਛੇਤੀ ਚਾਲੂ ਕੀਤਾ ਜਾਂ ਥੋੜ੍ਹਾ ਜਿਹਾ ਖਿੱਚਿਆ ਜਾਵੇ ਠੇਕੇਦਾਰ ਨੂੰ ਵੀ ਅਤੇ ਐਕਸ਼ਨ ਆਪਣੇ ਡਰੇਨੇਜ ਵਿਭਾਗ ਨੂੰ, ਜਿਹੜਾ ਨੁਕਸਾਨ ਹੋਇਆ ਅਤੇ ਜਿਹੜਾ ਸਾਡਾ ਨੁਕਸਾਨ ਹੋਇਆ ਅਤੇ ਇਹਦਾ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਠੇਕੇਦਾਰ ਦੇ ਵੀ ਆਖਿਆ ਸਾਰਾ ਪੁਲ ਬੰਦ ਕੀਤਾ, ਪਾਣੀ ਨਿਕਾਸ ਸਾਰਾ ਬੰਦ ਕੀਤਾ ਸਾਡਾ, ਵਿੱਚ ਕਾਇਲ ਨਿਕਾਸੂ ਦੇ ਇਹਨੇ ਪੁਲ ਆਪਣਾ ਕਮਰਾ ਬਣਾ ਕੇ ਮਿੱਟੀ ਪਾ ਕੇ ਰਾਹ ਬੰਦ ਕੀਤਾ, ਪਾਣੀ ਬੰਦ ਕੀਤਾ, ਪਾਣੀ ਜਿਹੜਾ ਖੇਤਾਂ ਵਿੱਚੋਂ ਦੀ ਜਾਣ ਡਿਆ ਵਾ ਅਤੇ ਇਹਨੇ ਕੰਮ ਕੀਤਾ ਹੀ ਕੋਈ ਨਹੀਂ, ਸਰੀਆ ਬਿਲਕੁਲ ਨਿਕਮਾ ਪਾ ਰਿਹਾ, ਸੀਮਟ ਉਹ ਨਹੀਂ ਪਾ ਰਿਹਾ, ਇਹ ਪਾਣੀ ਉੱਤਰਦਾ ਅਤੇ ਇਹਦਾ ਸਾਰਾ ਮਤਲਬ ਵੇਖੋ ਕਿ ਕਿੰਨਾ ਮਟੀਰੀਅਲ ਪਾਇਆ ਇਹਨੇ, ਪਾ ਵੀ ਆਇਆ ਵਾ 6 ਮਹੀਨੇ ਇਹਨੂੰ ਤਿਆਰ ਕਰ, 8 ਮਹੀਨੇ ਤਿਆਰ ਕਰਦੇ ਨੂੰ ਹੋ ਗਏ ਇਹਨੂੰ, ਕੀ ਤਿਆਰ ਕੀਤਾ ਇਹਨੇ, ਸੀਮਿੰਟ ਵੀ ਹਲਕਾ ਵਰਤਣ ਡਿਆ, ਬਜਰੀ ਸੁੱਟੀ ਜਾਂਦੇ ਆ ਉਹ ਜਦੋਂ ਪਾਣੀ ਨੰਗਾ ਵੇਖੋ ਥੱਲੇ ਪੈਰ ਨਿਕਲ ਜਾਣੇ ਇਹਦੇ, ਕੋਈ ਨੀ ਪਹੁੰਚਦਾ ਚਲੋ ਇੱਦਾਂ ਇਕੱਠੇ ਹੋ ਜਾ ਆਇਆ, ਹੁਣ ਵੇਖੋ ਮੌਕੇ ਦੇਗਾ ਕਿੰਨਾ ਅਫਸਰ ਸਹੀ, 10 ਦਾ ਟਾਈਮ ਦਿੱਤਾ ਕੋਈ ਨੀ ਪਹੁੰਚਿਆ ਤੱਕ। ਪਿੰਡ ਦੇ ਹਾਲਾਤ ਮਾੜੇ ਯਾਰ, ਅੱਜ ਸਾਰੇ ਪਬਲਿਕ ਪਿੰਡ ਦੀ ਖਲੋਤੀ ਆ, ਰਾਹ ਕਿਹਦੀ ਖਲੋਤੇ ਨਾਲ, ਨਹੀਂ ਲੰਘਣ ਜਾਣੇ ਉਹਨਾਂ ਕੋਲ, ਤੁਸੀਂ ਇੱਥੇ ਘੰਟਾ ਚੱਕ ਰੁਕੋ ਵੇਖੋ ਕਿੰਨੀ ਟ੍ਰੈਫਿਕ ਜਾਮ ਹੁੰਦੀ ਆ। ਮਨੋਹਰ ਸਿੰਘ, ਇਹ ਖਰਾਬ ਤਾਂ ਹੈਗਾ 12 ਆਪਣਾ 1.5 ਸਾਲ ਤੋਂ ਹੀ, ਅਤੇ ਇਹਨੂੰ 8-9 ਮਹੀਨੇ 7 ਹੋ ਚੱਲੇ ਆ ਬੰਦਿਆਂ ਨੂੰ, ਅਤੇ ਅਜੇ ਤੱਕ ਨਹੀਂ ਬਣਿਆ ਕੁਛ ਵੀ ਇਹਦਾ, 6-7 ਪਿੰਡਾਂ ਦੇ ਇਹਦੇ ਬੱਚੇ ਪੜ੍ਹਨ ਆਉਂਦੇ ਆ, ਅਤੇ ਜਿਹੜੇ ਵੇਖੋ ਕਿ ਪਾਣੀ ਆਇਆ ਤਾਂ ਕਿੱਦਾਂ ਲੰਘਣੇ ਆ, ਜਿਹੜੇ ਪਿੰਡਾਂ ਦੇ ਬੱਚੇ ਲਾਂਭੇ ਵੀ ਜਾਣੇ ਆ, ਸਟਾਫ ਵੀ ਆਉਣਾ ਸਕੂਲ ਦਾ, ਕਿੱਦਾਂ ਲੰਘੇਗਾ ਇੱਥੋਂ ਦੀ, ਗੱਡੀਆਂ ਵੀ ਡਿੱਗੀਆਂ ਤੁਹਾਡੇ ਸਾਹਮਣੇ, ਮੋਟਰਸਾਈਕਲ ਤੋਂ ਬੱਚੇ ਆਪਣਾ ਡਿੱਗੇ, ਰਾਹਗੀਰ ਵੀ ਕੱਲ੍ਹ ਰਾਤ ਵੀ ਇੱਥੇ ਗੱਡੀਆਂ ਫਸ ਗਈਆਂ, ਰਾਤੀ ਕੱਢੀਆਂ ਟਰੈਟ ਪਾ ਕੇ, ਇਹੋ ਜਾਂਦਾ ਮੇਨ ਦਾ ਮਜੀਠਾ ਹਲਕੇ ਨੂੰ ਵੀ ਇਹੋ ਜਾਂਦੀ ਆ, ਅੰਮ੍ਰਿਤਸਰ ਨੂੰ ਇਹੋ ਜਾਂਦੀ ਆ, ਕੱਥੂ ਨੰਗਰ ਮੰਡੀਆਂ ਨੂੰ ਇਹੋ ਪੈਂਦੀ ਆ, ਜੈਂਤੀਪੁਰ ਨੂੰ ਵੀ ਇਹੋ ਪੈਂਦੀ ਆ, ਵੱਡੀ ਸੜਕ ਇਹੋ ਸਭ ਤੋਂ। ਸਾਡੀ ਮੰਗ ਜਲਦੀ ਜਲਦੀ ਪੁਲ ਤਿਆਰ ਹੋਵੇ ਅਤੇ ਜਿਹੜਾ ਨੁਕਸਾਨ ਹੋਇਆ ਮੁਆਵਜ਼ਾ ਦਿੱਤਾ ਜਾਵੇ, 350-350 ਕਿੱਲੇ ਤੋਂ ਵੱਧ ਆ ਰਕਬਾਏ ਜਿਹੜਾ ਨੁਕਸਾਨ ਹੋਇਆ ਪਿੰਡ ਦਾ। 80-80 ਹਜ਼ਾਰ ਰੁਪਇਆ ਠੇਕਾ ਦੇਣ ਡਿਆ ਪੈਰੀ ਦਾ, ਅਤੇ ਕੀ ਇਹ ਚੁੱਕੀ ਕਮਾਊਗਾ ਅਤੇ ਕੀ ਜਿਵੇਂ ਦਾ ਕੀ ਕਰੂਗਾ, ਭੁੱਖਾ ਨਾ ਮਰੂਗਾ ਸਾਰੀ ਉਮਰ। ਇੱਕ ਗੱਲ ਮੈਂ ਤੁਹਾਨੂੰ ਪੁੱਛਣ ਲੱਗਾ ਜੀ, ਠੇਕੇਦਾਰ ਦਾ ਕੀ ਮਸਲਾ, ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਕਹਿ ਦਿਓ, ਕੀਤਾ ਹੀ ਨਹੀਂ ਕੰਮ ਉਹਨੇ, ਬਸ ਇਹਨੇ ਗੱਲ ਕਹਿ ਦੇਣਾ ਸਿਲੰਡਰ ਦਾ ਪਕਸ ਨਹੀਂ ਵਰਤਣ ਦਿਆ ਵਾ, ਇਹ ਵੀ ਨਾਲ ਕਹਿ ਦਿਓ, ਕਹਿ ਦਾਂਗੇ ਨਾਲ, ਇਹ ਕਿਹੋ ਨਾ ਵੀ 2 ਦਿਨ ਕੰਮ ਕਰਦੇ 2 ਬੰਦੇ। ਠੇਕੇਦਾਰ ਸਾਹਿਬ ਵੱਲੋਂ ਔਰ ਇਹਨਾਂ
ਸੀਓ ਸਾਹਿਬ ਵੱਲੋਂ ਕਹਿ ਗਿਆ ਕਿ ਪਿੱਛੋਂ ਨਹਿਰ ਟੁੱਟਦੀ ਆ, ਕਿਹੜੀ ਨਹਿਰ ਟੁੱਟਦੀ ਆ? ਕੋਈ ਨਹਿਰ ਨਹੀਂ ਟੁੱਟੀ, ਹਾਂਜੀ ਸਦਾਈ ਬਣਾਈ ਜਾਂਦੇ ਜੇਈ ਸਾਹਿਬ ਵੀ ਤੇ ਠੇਕੇਦਾਰ ਸਾਹਿਬ ਵੀ, ਹਾਂਜੀ ਉਹਦਾ ਕਰਕੇ ਕੰਮ ਲੇਟ ਹੋ ਗਿਆ, ਇੱਕ ਤੁਮਕਾ ਪਾਣੀ ਨੀ ਇੱਥੇ ਡਿੱਗਾ, ਨਹਿਰ ਹੁਣ ਪਾਣੀ ਲਿਖਤੀ ਪਾਸ ਹੋਏ ਕਿਨੂੰ ਮਿਲ ਕੇ ਕਿਹੜੀ ਨਹਿਰ ਲੱਗਦੀ ਆ ਜਿਹੜਾ ਪਾਣੀ ਇਹਦੇ ਵਿੱਚ ਆਉਂਦਾ? ਕੋਈ ਨਹਿਰ ਦਾ ਪਾਣੀ ਨੀ ਵੀਰ ਜੀ ਆਉਂਦਾ, ਹੁਣ ਵੀ ਨਹਿਰ ਦਾ ਪਾਣੀ ਪਈ ਨੀ ਆ, ਇਹ ਅੱਡ ਪਿੱਛੋਂ ਨਹਿਰ ਸੂਹਾ ਖਲਿਆ ਹੋਇਆ ਵਾ, ਬਟਾਲੇ ਤੋਂ ਪਿੱਛੋਂ ਤਾਂ ਪਾਣੀ ਇਹਦਾ ਆਉਂਦਾ ਪਿਆ ਬਟਾਲੀ ਦਾ, ਤਾਂ ਗਾੜੀ ਤੋਂ ਬੰਨ ਹੀ ਲਾਤਾ ਆਪਾਂ, ਤਾਂ ਪਾਣੀ ਪਿੰਡ ਵੱਲ ਚੜ੍ਹਨਾ ਵਾ, ਅਸੀਂ ਨਿਆਣੇ ਬੱਚੇ ਦੋ ਚੁੰਗਦੇ, ਸਾਨੂੰ ਪਤਾ ਨੀ ਲੱਗਦਾ ਕੀ ਬੋਲਣ ਦਾ, ਜਾਂ ਉਹਨਾਂ ਬਾਹਰੋਂ ਪਿੰਡੋਂ ਆਏ ਆ ਤੇ ਸਾਨੂੰ ਜੋ ਮਰਜ਼ੀ ਗਈ ਆ, ਦੋ ਵਾਰੀ ਨਹਿਰ ਟੁੱਟ ਕੇ ਪਾਣੀ ਭਰ ਗਿਆ ਇੱਥੇ, ਅਸੀਂ ਬੱਚੇ ਆ ਇੱਥੇ, ਠੇਕੇ ਦਾ ਧਮਕੀ ਦੇਣ ਡਿਆ, ਸਾਰੀ ਧਮਕੀ ਦੇਣ ਡਿਆ ਠੇਕੇ ਦਾ, ਧਮਕੀਆਂ ਦੇਣ ਡਿਆ, ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਿੰਡ ਵਾਲਿਆਂ ਨੂੰ ਕਹਿ ਰਿਹਾ ਕਿ ਕਹਿੰਦੇ ਕਿ ਠੇਕਾ ਤੁਸੀਂ ਲੈ ਲਓ, ਤੁਸੀਂ ਆਪੇ ਬਣਾ ਲਓ, ਉਹਦੇ ਬਾਰੇ ਕੀ ਕਹੋਗੇ? ਸਾਨੂੰ ਦੇ ਦੇਣਾ ਖਾਧੇ ਆ, ਸਾਨੂੰ ਟਾਈਮ ਲੈ ਲੋ ਠੇਕੇ ਦਾ, ਜੇ ਟਾਈਮ ਲੈ ਲੋ ਇੰਨੀ ਤੀਕ, ਜੇ ਨਾ ਬਣਾ ਕੇ ਦੇਵਾਂਗੇ ਪੇਂਟ ਬਣਾ ਕੇ, ਤੂੰ ਫੇਰ ਗੱਲ ਕਰਨਾ ਕਰੋ ਨਾ।